Ladies and gentlemen, good evening and welcome to DC Night with Paul Bart. ਮੈਂ ਤੁਹਾਡਾ ਆਪਣਾ ਪਾਲ ਬਾਟ ਇੱਕ ਫਿਰ ਨਵਾਂ ਐਪੀਸੋਡ ਲੈ ਕੇ ਤੁਹਾਡੇ ਦਰ ਹਾਜ਼ਰ ਹੋਇਆ ਜੀ। ਸਭ ਤੋਂ ਪਹਿਲਾਂ ਐਜ਼ ਯੂਜੂਅਲ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਔਰ ਜੀਆਂ ਨੂੰ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਇਸ ਤੋਂ ਪਹਿਲਾਂ ਕਿ ਮੈਂ ਇਸ ਪ੍ਰੋਗਰਾਮ ਸ਼ੁਰੂ ਕਰਾਂ, ਮੈਂ ਤੁਹਾਡੇ ਸਾਰਿਆਂ ਨਾਲ ਆਪਣਾ ਟੈਲੀਫੋਨ ਦਾ ਜਿਹੜਾ ਲਾਈਵ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜਨ ਦੇ ਲਈ ਜੋ ਫੋਨ ਹੈ ਉਹ ਫੋਨ ਨੰਬਰ ਮੈਂ ਸਾਂਝਾ ਕਰਨਾ ਚਾਹੁੰਦਾ। 216-800-6988, ਦੈਟਸ 216-800 ਮਾਈ ਟੀ ਵੀ। ਇਸ ਫੋਨ 'ਤੇ ਤੁਸੀਂ ਮੇਰੇ ਨਾਲ ਅੱਜ ਦੇ ਵਿਸ਼ੇ 'ਤੇ ਗੱਲਬਾਤ ਕਰ ਸਕਦੇ ਹੋ। ਕੁਝ ਸਾਲ ਪਹਿਲਾਂ ਦੀ ਗੱਲ ਹੈ ਜੀ ਕਿ ਪੰਜਾਬ ਦੀ ਧਰਤੀ 'ਤੇ ਪਟਿਆਲਾ ਸ਼ਹਿਰ ਦੇ ਵਿੱਚ ਅਸੀਂ ਕੁਝ ਸੱਜਣ ਮਿੱਤਰ ਇੱਕ ਸ਼ਾਮ ਦਾ ਆਨੰਦ ਲੈ ਰਹੇ ਸੀ। ਚੁਟਕਲੇ ਹਾਸੇ ਪਾਉਣ ਦੇ ਲਈ ਚੁਟਕਲੇ ਸਾਂਝੇ ਕੀਤੇ ਜਾ ਰਹੇ ਸੀ। ਇੱਕ ਸੱਜਣ ਨੇ ਇੱਕ ਅੱਖੀ ਡੱਠਾ ਹਾਲ ਵਾਕਿਆ ਸਾਡੇ ਨਾਲ ਸਾਂਝਾ ਕੀਤਾ ਕਿ ਕੇਂਦਰੀ ਜੇਲ੍ਹ ਪਟਿਆਲਾ, ਸੈਂਟਰ ਜੇਲ੍ਹ ਪਟਿਆਲਾ ਦਾ ਵਾਕਿਆ ਕਿ ਕਿਸੇ ਕੈਦੀ ਨੇ ਕੋਈ ਗਲਤੀ ਕੀਤੀ ਅਤੇ ਉਹਨੂੰ ਆਪਣੇ ਸੀਨੀਅਰ ਆਫਿਸਰ ਦੇ ਅੱਗੇ ਹਾਜ਼ਰ ਕੀਤਾ ਗਿਆ ਅਤੇ ਆਫਿਸਰ ਨੇ ਗੁੱਸੇ ਦੇ ਵਿੱਚ ਉਹਨੂੰ ਪੱਟੇ ਦੇ ਨਾਲ ਕੁੱਟਣਾ ਸ਼ੁਰੂ ਕਰਤਾ। ਸੋ ਅਗਰ ਤੁਹਾਡੇ ਜ਼ੀਨ 'ਚ ਮੈਂ ਉਹ ਗੱਲ ਲਿਆਉਣੀ ਚਾਹਵਾਂ, ਇਮੈਜਿਨ ਕਰੋ ਕਿ ਆਫਿਸਰ ਇੱਕ ਕੈਦੀ ਨੂੰ ਕੁੱਟ ਰਿਹਾ ਔਰ ਕੈਦੀ ਧਰਤੀ 'ਤੇ ਉਹ ਲੰਮਾ ਪਿਆ ਪਟੇ ਖਾ ਰਿਹਾ। ਕੁਛ ਅਰਸੇ ਤੋਂ ਬਾਅਦ ਆਫਿਸਰ ਨੇ ਆਪਣੇ ਆਪ ਨੂੰ ਥੱਕਿਆ ਮਹਿਸੂਸ ਕੀਤਾ ਅਤੇ ਆਰਾਮ ਲੈਣ ਲਈ ਉਹ ਰੁਕਿਆ ਤਾਂ ਥੱਲੇ ਲੰਮੇ ਪਏ ਕੈਦੀ ਨੇ ਇੱਕ ਠਿੱਠ ਕੀਤੀ ਲਫ਼ਜ਼ਾਂ ਦੀ ਹੇਰ ਫੇਰ 'ਚ, ਕਿਉਂਕਿ ਉਹ ਉਹਨੂੰ ਫਿਜ਼ੀਕਲੀ ਕੁਛ ਨਹੀਂ ਸੀ ਕਹਿ ਸਕਦਾ ਆਫਿਸਰ ਨੂੰ, ਕਿਉਂਕਿ ਮੁਹਤਾਜ ਹੈ ਉਸ ਸਮੇਂ ਉਹ ਕੈਦੀ ਆਪਣੇ ਆਫਿਸਰ ਦਾ। ਸੁਣੇ ਲਫ਼ਜ਼ਾਂ ਦੀ ਹੇਰ ਫੇਰ ਦੇ ਨਾਲ ਉਹ ਕਹਿਣ ਲੱਗਾ ਕਿ ਡਿਪਟੀ ਸਾਹਿਬ, ਤੁਸੀਂ ਵੀ ਦੋ ਚਾਰ ਮਿੰਟ ਆਰਾਮ ਕਰ ਲਓ, ਆਪਣਾ ਸਾਹ ਠੀਕ ਕਰ ਲਾ ਅਤੇ ਮੈਂ ਵੀ ਪਾਣੀ ਪੀ ਕੇ ਆਉਂਦਾ ਅਤੇ ਆਪਾਂ ਫਿਰ ਦੁਬਾਰਾ ਤੋਂ ਇਹ ਖੇਡ ਸ਼ੁਰੂ ਕਰਦੇ ਹਾਂ। ਇਹ ਵਾਕਿਆ ਸੱਚ ਹੈ ਜੀ, ਸ਼ਾਇਦ ਤੁਹਾਨੂੰ ਸੁਣ ਕੇ ਹਾਸਾ ਆਇਆ ਹੋਵੇਗਾ ਕਿਉਂਕਿ ਮੈਂ ਵੀ ਉਦੋਂ ਹੱਸਿਆ ਸੀ। ਅਸੀਂ ਹੱਸੇ ਜਿਵੇਂ ਪੁਰਾਣੇ ਸਾਡੇ ਕਮੇਡੀਅਨ ਸੀ ਜਿਹੜੇ ਵਿਅੰਗ ਕਰਦੇ ਹੁੰਦੇ ਸੀ ਪੰਜਾਬ ਦੀਆਂ ਪ੍ਰੋਬਲਮਸ ਬਾਰੇ। ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਉਹਨਾਂ 'ਚੋਂ ਕੁਛ ਅੱਜ ਕੱਲ੍ਹ ਰਾਜਨੀਤੀ 'ਚ ਨੇ, ਜਿਹੜੀਆਂ ਅਮਲੀਆਂ ਦੀਆਂ ਗੱਲਾਂ ਕਰਨੀਆਂ ਅਸੀਂ ਉਹਨਾਂ ਨੂੰ ਹੱਸਣਾ, ਲੇਕਿਨ ਉਹ ਹਾਸੇ ਅੱਜ ਦੇ ਵਕਤ ਦੇ ਵਿੱਚ ਸਾਡੀ ਸੱਭਿਅਤਾ ਸਾਡੀ ਸੁਸਾਇਟੀ ਦੇ ਵਿੱਚ ਅਗਰ ਨਸੂਰ ਨਹੀਂ ਬਣੇ ਤਾਂ ਜ਼ਖਮ ਜ਼ਰੂਰ ਬਣ ਕੇ ਸਾਡੇ ਸਾਹਮਣੇ ਖੜ੍ਹੇ ਨੇ। ਅੱਜ ਉਸ ਵਾਕਿਆ ਨੂੰ ਜਦੋਂ ਮੈਂ ਵਿਚਾਰਿਆ ਤਾਂ ਬੜੇ ਸਵਾਲ ਮੇਰੇ ਸਾਹਮਣੇ ਆਏ ਕਿ ਇੱਕ ਸਾਡਾ ਜਵਾਨ ਕੈਦੀ ਪੰਜਾਬੀ ਧਰਤੀ 'ਤੇ ਪਿਆ ਪਟਿਆਂ ਦੀ ਮਾਰ ਖਾ ਰਿਹਾ, ਬਜਾਏ ਕਿ ਕੁਰਲਾਉਣ ਮਿਣਤਰਲਾ ਕਰਨ ਤੋਂ ਉਹ ਠੇਠ ਕਰ ਰਿਹਾ, ਦਰਦ ਨੂੰ ਨਾ ਮਹਿਸੂਸ ਕਰਦਾ ਹੋਇਆ। ਅਤੇ ਅਫਸਰ ਜਿਹਦਾ ਕੰਮ ਹੈ ਉਸ ਕੈਦੀ ਦੀ ਰੇਖ ਰੇਖ ਕਰਨਾ ਔਰ ਉਹਦਾ ਸੁਧਾਰ ਕਰਨਾ, ਸੋ ਦੈਟ ਬਾਏ ਦਾ ਟਾਈਮ ਹੀ ਇਜ਼ ਰਿਲੀਜ਼ਡ ਫਰੋਮ ਜੇਲ੍ਹ ਉਹ ਇੱਕ ਵਧੀਆ ਨਾਗਰਿਕ ਬਣ ਕੇ ਨਿਕਲੇ। ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜੇਲ੍ਹ ਨਹੀਂ ਕਹਿੰਦੇ, ਅਸੀਂ ਜੇਲ੍ਹਾਂ ਨੂੰ ਸੁਧਾਰ ਕਰ ਕਹਿੰਦੇ ਹਾਂ ਕਿ ਅਸੀਂ ਉੱਥੇ ਇਨਮੇਟਸ ਨੂੰ ਸੁਧਾਰਦੇ ਹਾਂ। ਲੇਕਿਨ ਉਸ ਆਫਿਸਰ ਨੇ ਆਪਣੀ ਉਹੀ ਪੁਰਾਣੀ ਸੋਚ ਕੇ, ਜਿਵੇਂ ਕਹਾਵਤ ਹੈ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਉਹ ਤੋਂ ਆਪਣੀ ਜਿਹੜਾ ਕਰੈਕਟਰ ਹੈ ਆਪਣੀ ਸੋਚ ਨੂੰ ਦੂਰ ਨਹੀਂ ਰੱਖਿਆ ਔਰ ਕੈਦੀ ਨੂੰ ਆਪਣਾ ਮੁਹਤਾਜੀ ਸਮਝਦਿਆਂ ਕੁੱਟਮਾਰ ਦੇ ਨਾਲ ਉਸਨੂੰ ਪਨਿਸ਼ਮੈਂਟ ਦਿੱਤੀ ਹੈ। ਮੈਂ ਗੱਲ ਤਾਂ ਕਰ ਰਿਹਾ ਜੀ ਕਿ ਜਦੋਂ ਅਸੀਂ ਆਪਣੀ ਜਵਾਨੀ 'ਚ ਪੈਰ ਰੱਖਿਆ ਉਦੋਂ ਟੋਲੇ ਹੁੰਦੇ ਸੀ, ਟੋਲੀਆਂ ਹੁੰਦੀਆਂ ਸੀ, ਯਾਰ ਬੇਲੀ ਟੋਲੀਆਂ ਬਣਾ ਕੇ ਮੇਲਿਆਂ ਨੂੰ ਜਾਂਦੇ ਸੀ, ਇਕੱਠੇ ਹੁੰਦੇ ਸੀ, ਠਿੱਠ ਕਰਦੇ ਸੀ, ਮਜ਼ਾਕ ਕਰਦੇ ਸੀ, ਇਕੱਠੇ ਸਮਾਂ ਬਤੀਤ ਕਰਨਾ। ਅੱਜ ਟੋਲੀਆਂ ਨਹੀਂ ਬਲਕਿ ਗੈਂਗਸ ਨੇ। ਉਦੋਂ ਲੜਾਈ ਹੁੰਦੀ ਸੀ ਸ਼ਬਦਾਂ ਦੀ, ਸ਼ਬਦਾਵਲੀ ਦੀ, ਗਾਲਾਂ ਦੀ, ਕਸੁਨ ਮੁੱਕੀਆਂ ਦੀ, ਲਾਠੀਆਂ ਦੀ, ਡਾਂਗਾਂ ਦੀ। ਅੱਜ ਗੋਲੀਆਂ ਚੱਲਦੀਆਂ ਨੇ, ਸਿਰਫ ਗੋਲੀਆਂ ਨਹੀਂ ਚੱਲਦੀਆਂ, ਅੱਜ ਫੇਸਬੁੱਕ ਦੇ ਉੱਤੇ ਫਖਰ ਮਹਿਸੂਸ ਕੀਤਾ ਜਾਂਦਾ ਕਿ ਮੈਂ ਕ੍ਰਿਮੀਨਲ ਵਰਲਡ ਦੇ ਵਿੱਚ ਪਹੁੰਚ ਚੁੱਕਾ ਔਰ ਮੈਂ ਇੱਕ ਬਹੁਤ ਵੱਡੀ ਹਸਤੀ ਬਣ ਚੁੱਕਾ, ਜਿਹਦਾ ਨਤੀਜਾ ਕੁਛ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਸੁਣਿਆ ਔਰ ਹਰੇਕ ਚੈਨਲ ਨੇ ਉਸ ਵਾਕਿਆ ਨੂੰ ਆਪਣੇ ਆਪਣੇ ਲਹਿਜ਼ੇ ਦੇ ਨਾਲ ਪੇਸ਼ ਕੀਤਾ, ਉੱਚੀਆਂ ਆਵਾਜ਼ਾਂ ਦੇ ਨਾਲ ਗੈਂਗਸਟਰ ਲਫ਼ਜ਼ ਵਰਤਿਆ ਇੱਕ ਸਾਡੇ ਦੋ ਸਾਡੇ ਜਵਾਨਾਂ ਦੇ ਲਈ, ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ, ਜਿਹਨਾਂ ਇਨਕਾਊਂਟਰ ਹੋਇਆ। CM ਸਾਹਿਬ ਨੇ ਵਧਾਈਆਂ ਦਿੱਤੀਆਂ ਨੇ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਕਿ ਬਹੁਤ ਵੱਡਾ ਕੰਮ ਕੀਤਾ। ਸਵਾਲ ਇਹ ਹੈ ਕਿ ਕੀ ਅਸੀਂ ਐਸੇ ਜਿਹੜੇ ਸੋ ਕਾਲਡ ਸੁਸਾਇਟੀ ਦੇ ਮਾੜੇ ਅਨਸਰ ਆਪਾਂ ਮੰਨਦੇ ਹਾਂ ਉਹਨਾਂ ਨੂੰ ਐਲੀਮੀਨੇਟ ਕਰਨਾ ਹੀ ਇੱਕ ਸਾਡਾ ਸਲੂਸ਼ਨ ਆ ਇਸ ਦੀ
ਐਲੀਮੀਨੇਸ਼ਨ ਦੇ ਓਨਲੀ ਸੋਲੂਸ਼ਨ ਟੂ ਦਿਸ ਪ੍ਰੋਬਲਮ ਜਾਂ ਹੋਰ ਵੀ ਨਜ਼ਰੀਆ ਅਸੀਂ ਸਾਨੂੰ ਰੱਖਣਾ ਚਾਹੀਦਾ। ਔਰ ਫਿਰ ਦੂਸਰੀ ਗੱਲ ਇਹ ਹੈ ਕਿ ਇਹ ਨੌਜਵਾਨ ਜਿਹੜੇ ਇਸ ਦੌਰ 'ਤੇ ਕਿਵੇਂ ਪਹੁੰਚੇ, ਕਿਉਂ ਪਹੁੰਚੇ, ਉਹਦੇ 'ਤੇ ਵੀ ਨਿਗਾਹ ਮਾਰਨੀ ਚਾਹੀਦੀ ਹੈ। ਬੜੀਆਂ ਬੜੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਕਿ ਜੀ ਜਵਾਨਾਂ ਨੂੰ ਰਾਜਨੀਤਿਕ ਜਿਹੜੇ ਲੀਡਰ ਨੇ, ਪੋਲੀਟੀਸ਼ੀਅਨਸ ਨੇ, ਉਹ ਮਿਸਯੂਜ਼ ਕਰਦੇ ਨੇ। ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੇ ਪੋਲੀਟੀਕਲ ਸੰਬੰਧ ਨੇ, ਮੈਂ ਵੀ ਪੰਜਾਬ ਦੇ ਜਵਾਨੀ ਕੱਟੀ ਹੈ, ਮੈਨੂੰ ਕਿਸੇ ਨੇ ਕੋਈ ਆਫਰ ਨਹੀਂ ਕੀਤਾ। ਇਹ ਵੀ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ, ਆਮ ਨੋਟ ਟਰਾਇੰਗ ਟੂ ਡਿਫੈਂਡ ਦ ਪੋਲੀਟੀਸ਼ੀਅਨਸ, ਬਟ ਵਟ ਆਮ ਸੇਇੰਗ ਇਜ਼ ਕਿ ਆਪਾਂ ਹਰੇਕ ਗੱਲ ਦੂਜੇ 'ਤੇ ਸਿੱਟਣੀ ਜਿਹੜੀ ਹੈ ਉਹ ਸ਼ੁਰੂ ਨਾ ਕਰੀਏ ਜੀ। ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਲਿਖੀ ਔਰ ਬੜੀ ਮਸ਼ਹੂਰ ਉਹਦੀ ਉਹ ਜਿਹੜੀ ਰਚਨਾ ਹੋਈ। ਕਿਉਂ ਹੋਈ? ਕਿਉਂਕਿ ਲੂਣਾ ਨੂੰ ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਸਾਰਿਆਂ ਨੇ ਇੱਕ ਮਾੜੀ ਔਰਤ, ਮਾੜਾ ਕਿਰਦਾਰ ਉਹਦਾ ਪੇਸ਼ ਕੀਤਾ, ਲੇਕਿਨ ਸ਼ਿਵ ਕੁਮਾਰ ਬਟਾਲਵੀ ਨੇ ਇਹ ਕਿਹਾ ਕਿ ਲੂਣਾ ਦਾ ਕਸੂਰ ਨਹੀਂ, ਉਹਦੀ ਜਵਾਨੀ ਦਾ ਕਸੂਰ ਹੈ ਕਿ ਇੱਕ ਜਵਾਨ ਮੁਟਿਆਰ ਨੂੰ ਇੱਕ ਬੁੜੇ ਦੇ ਲੜ ਲਾ ਕੇ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ। ਸੋ ਐਸਾ ਹੀ ਨਜ਼ਰੀਆ ਮੈਂ ਚਾਹੁੰਦਾ ਕਿ ਆਪਾਂ ਮਾਰੀਏ ਇਹ ਸਾਰੀ ਜਵਾਨੀ। ਇਸੇ ਕਰਕੇ ਅੱਜ ਦੇ ਸੈਗਮੈਂਟ ਦਾ ਆਪਾਂ ਨਾਂ ਰੱਖਿਆ ਯੂਥ ਆਫ ਪੰਜਾਬ, ਯੂਥਨੈਸ ਆਫ ਪੰਜਾਬ ਲਾ ਲਓ, ਕਿ ਸਾਡੀ ਜਵਾਨੀ ਕਿੱਥੋਂ ਚੱਲ ਕੇ ਕਿੱਥੇ ਆ ਕੇ ਖੜੀ ਆ, ਔਰ ਭਵਿੱਖ ਜਿਹੜਾ ਇਹ ਕਿੱਧਰ ਨੂੰ ਜਾ ਰਿਹਾ। ਪੰਜਾਬ ਪੁਲਿਸ 'ਤੇ ਵੀ ਸਵਾਲ ਬੜੇ ਉੱਠੇ ਨੇ ਕਿ ਦੇਰ ਇਜ਼ ਮਿਸਟਰਸਟ ਹੋਇਆ ਕਿ ਵਨ ਆਫ ਦੀ ਆਫੀਸਰਸ ਦੈਟ ਇਨਵੋਲਵ ਇਨ ਦੀ ਐਨਕਾਊਂਟਰ, ਉਹ ਵਿੱਕੀ ਦਾ ਦੋਸਤ ਸੀ ਔਰ ਉਹ ਵਿੱਕੀ ਹੁਣੀ ਉਹਦੇ ਕੋਲ ਸਰੈਂਡਰ ਕਰਨ ਜਾ ਰਹੇ ਸੀ, ਲੇਕਿਨ ਆਪਣੀ ਸ਼ੌਹਰਤ ਲਈ, ਆਪਣੇ ਪਦਵੀਆਂ ਲਈ, ਆਪਣੀ ਬੱਲੇ ਬੱਲੇ ਕਰਾਉਣ ਲਈ ਇਨਕਾਊਂਟਰ ਕੀਤਾ ਗਿਆ। ਖੈਰ ਉਹਦੇ ਵਿੱਚ ਆਪਾਂ ਨਹੀਂ ਜਾਵਾਂਗੇ, ਇਹ ਵਿਸ਼ਾ ਵਿਚਾਰਾਂਗੇ। ਮੈਂ ਇੱਕ ਵਾਰੀ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਥੋੜ੍ਹਾ ਫਿਰ ਆਪਣਾ ਨੰਬਰ ਸਾਂਝਾ ਕਰ ਲੈਣਾ ਅਗਰ ਤੁਸੀਂ ਮੇਰੇ ਨਾਲ ਇਸ ਵਿਸ਼ੇ 'ਤੇ ਗੱਲ ਕਰਨੀ ਚਾਹੁੰਦੇ ਹੋ। ਏਰੀਆ ਕੋਡ 216-8006-9888, ਦੈਟਸ 216-800 ਮਾਈ ਟੀ ਵੀ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ। ਇਸ ਵਿਸ਼ੇ 'ਤੇ ਮੇਰੇ ਨਾਲ ਮੈਂ ਇੱਕ ਵਾਰੀ ਪੰਜਾਬ ਦੇ CM 'ਤੇ ਰਹਿ ਚੁੱਕੀ ਸ਼ਖਸੀਅਤ, ਮੌਜੂਦਾ ਜੋ ਉਸ ਟਾਈਮ CM ਸੀ, ਉਹਨਾਂ ਨਾਲ ਵੀ ਇਸ ਵਿਸ਼ੇ 'ਤੇ ਗੱਲ ਕੀਤੀ ਸੀਗੀ। ਕੀ ਕੀਤੀ, ਕਦੋਂ ਕੀਤੀ, ਕਿੱਥੇ ਕੀਤੀ, ਮੈਂ ਤੁਹਾਨੂੰ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਪਾਂ ਜੁੜਾਂਗੇ ਉਹਦੇ 'ਤੇ ਸਾਂਝੀ ਕਰਦੇ ਹਾਂ ਜੀ। ਸੋ ਮਿਲਦੇ ਆਪਾਂ ਇੱਕ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਪਾਲ ਬਾਠ, ਪ੍ਰੋਗਰਾਮ ਡੀਸੀ ਨਵਦ ਪਾਲ ਬਾਠ, ਔਰ ਅੱਜ ਦਾ ਵਿਸ਼ਾ ਜਿਸ ਵਿਸ਼ੇ ਚਰਚਾ ਚੱਲ ਰਹੀ ਹੈ ਉਹ ਸਾਡੀ ਜਵਾਨੀ, ਪੰਜਾਬ ਦੀ ਜਵਾਨੀ ਕਿਸ ਮੋੜ 'ਤੇ ਖੜ੍ਹੀ ਆ ਔਰ ਕਿਸ ਮੋੜ ਵੱਲ ਨੂੰ ਜਾ ਰਹੀ ਹੈ। ਬ੍ਰੇਕ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਪੰਜਾਬ ਦੇ CM ਜੋ ਅੱਜ ਵੀ ਪੰਜਾਬ ਦੇ CM ਨੇ, ਸਰ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ, ਇਹ ਜਦੋਂ ਪਿਛਲੀ ਵਾਰੀ ਅੱਜ ਤੋਂ ਕੋਈ 11 ਸਾਲ ਪਹਿਲਾਂ ਇਹ 5 ਸਾਲ ਦੇ ਲਈ ਆਏ ਸੀ, ਉਦੋਂ ਇੱਕ ਮਿਲਣੀ ਹੋਈ ਸੀ ਮੇਰੀ ਇਹਨਾਂ ਦੇ ਨਾਲ, ਸਵਾਬ ਬਣਿਆ ਔਰ ਮੈਂ ਮਿਲਿਆ। ਜਿਹੜੇ ਵਚਨ ਮੈਂ ਸਾਂਝੇ ਕੀਤੇ CM ਸਾਹਿਬ ਦੇ ਨਾਲ ਉਹ ਇਹ ਸੀ ਕਿ ਅਸੀਂ ਜਿਹੜੇ ਪੰਜਾਬ ਦੇ ਵਿੱਚ ਕੈਦੀ ਹਾਂ, ਸਾਰੇ ਜਿਹੜੇ ਜਿੰਨੇ ਕੈਦੀ ਨੇ, ਦੇ ਆਰ ਵਿਕਟਿਮ ਆਫ ਸਰਕਮਸਟਾਂਸਿਸ, ਕਿਉਂਕਿ ਉਦੋਂ ਗੈਂਗਸ ਨਹੀਂ ਸੀ ਹੁੰਦੇ। ਅਗਰ ਗੈਂਗਸਟਰਸ ਨੇ ਜਾਂ ਲੁਟੇਰੇ ਨੇ, ਡਾਕੂ ਨੇ ਜਾਂ ਕ੍ਰਿਮੀਨਲਸ ਨੇ, ਉਹ ਤੁਹਾਨੂੰ ਮਿਲਣਗੇ ਤਿਹਾੜ ਜੇਲ੍ਹ ਦੇ ਵਿੱਚ, ਜਿਨ੍ਹਾਂ ਦੇ 100-150 ਬੰਦੇ ਦਾ ਗੈਂਗ ਹੈ, ਜਿਨ੍ਹਾਂ ਦਾ ਕੰਮ ਹੈ ਸ਼ਰਮ ਲੁੱਟਾਂ ਖੋਹਾਂ ਕਰਨੀਆਂ, ਮਰਡਰਸ ਕਰਨੇ ਪੈਸੇ ਲਈ, ਸੋਨੇ ਚਾਂਦੀ ਦੇ ਲਈ। ਸੋ ਸਾਡਾ ਤਾਂ ਹਮੇਸ਼ਾ ਸੱਭਿਅਤਾ ਦਾ ਹਿੱਸਾ ਰਿਹਾ ਕਿ ਸਾਡੀ ਲੜਾਈ ਜਿਹੜੀ ਆਪਸ 'ਚ ਰਹੀ ਹੈ ਉਹ ਰਹੀ ਹੈ ਜੀ, ਜਾਂ ਤਾਂ ਮੁੱਛ ਦਾ ਰੌਲਾ, ਜਾਂ ਸਾਡੀ ਵੱਟ ਸਾਂਝੀ, ਘਰ ਦੀ ਕੰਧ ਸਾਂਝੀ, ਧੀ ਭੈਣ ਦੀ ਇੱਜ਼ਤ ਦਾ ਸਵਾਲ। ਇਹਨਾਂ ਵਿਸ਼ਿਆਂ ਤੋਂ ਉੱਠ ਕੇ ਅਗਰ ਸਾਡੀ ਸੱਭਿਅਤਾ ਇੱਥੇ ਹੀ ਖੜ੍ਹੀ ਹੈ ਤਾਂ ਮੈਂ ਚਾਹੁੰਦਾ ਕਿ ਵੀ ਡਿਜ਼ਰਵ ਅ ਸੈਕਿੰਡ ਚਾਂਸ। ਇੱਕ ਸਪਰ ਆਫ ਦੀ ਮੂਮੈਂਟ ਕੋਈ ਇੰਸੀਡੈਂਟ ਹੁੰਦਾ, ਕੋਈ ਕ੍ਰਾਈਮ ਹੁੰਦਾ, ਦੈਟ ਇੰਡੀਵਿਜੁਅਲ ਡਜ ਡਿਜ਼ਰਵ ਇਹ ਸੈਕਿੰਡ ਚਾਂਸ। ਜਿਵੇਂ ਕਿ ਅਮੈਰੀਕਾ ਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਚਾਂਸਿਸ ਲੈਂਦੇ ਹਾਂ, ਸਾਨੂੰ ਇਹ ਓਪਰਚੁਨਿਟੀ ਮਿਲਦੀ ਹੈ ਸਕਸੈਸ ਦੇ ਲਈ। ਆਈ ਫੀਲ ਕਿ ਅਗਰ ਜੇਲ੍ਹ ਦਾ ਨਾਂ ਤੁਸੀਂ ਸੁਧਾਰ ਕਰ ਰੱਖਿਆ ਔਰ ਤੁਸੀਂ ਉਸ ਬੰਦੇ ਨੂੰ ਜਾਂ ਉਸ ਇਨਸਾਨ ਨੂੰ ਉੱਥੋਂ ਸੁਧਾਰ ਕੇ ਬਾਹਰ ਸੁਸਾਇਟੀ 'ਚ ਲਿਆ ਕੇ ਪੇਸ਼ ਕਰਨ ਦਾ ਤੁਸੀਂ ਪ੍ਰਣ ਲਿਆ ਜਾਂ ਵਾਅਦਾ ਕੀਤਾ, ਅਤੇ ਉਹ 'ਤੇ ਅਸੀਂ ਕਿੰਨੇ ਕੁ ਨਿਬਰ ਪੂਰੇ ਆਉਂਦੇ ਹਾਂ ਜੀ, ਇਹ ਵੀ ਗੱਲ ਇੱਕ ਸੋਚਣ ਦੀ ਗੱਲ ਹੈ। ਸਿਰਫ ਸੁਧਾਰ ਕਰ ਲਿਖ ਦੇਣਾ, ਇਟ ਵਿਲ ਨੋਟ ਅਕੋਂਪਲਿਸ਼ ਦ ਟਾਸਕ ਦੈਟ ਯੂ ਆਰ ਟਰਾਇੰਗ ਟੂ ਅਕੋਂਪਲਿਸ਼। ਜਿੰਨੀ ਮੈਨੂੰ ਨੌਲੇਜ ਹੈ ਕਿ ਸੁਧਾਰ ਘਰ ਦੇ ਵਿੱਚ, ਜੇਲ੍ਹਾਂ ਦੇ ਵਿੱਚ ਐਜੂਕੇਸ਼ਨ ਟੋਟਲੀ ਨਿਲ ਐਂਡ ਵੋਇਡ ਹੈ,
ਕੋਈ ਕਲਾਸਿਸ ਨਹੀਂ ਲੱਗਦੀਆਂ ਉੱਥੇ ਕਿ ਜਿਹਦੇ ਵਿੱਚ ਇਹਨਾਂ ਇਨਮੇਟਸ ਨੂੰ ਇੱਕ ਪ੍ਰੋਪਰ ਐਜੂਕੇਟ ਕੀਤਾ ਜਾਵੇ, ਪ੍ਰੋਪਰਲੀ ਐਜੂਕੇਟ ਕੀਤਾ ਜਾਵੇ ਕਿ ਸੁਸਾਇਟੀ ਦੇ ਵਿੱਚ ਵਰਚਿਤਾਂ ਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ, ਜਾਂ ਤੁਹਾਡਾ ਟੈਂਪਰ ਹੈ ਜਿਹੜਾ ਉਹਨੂੰ ਕੰਟਰੋਲ ਕਰਨਾ, ਜਾਂ ਆਪਣੇ ਕੀਤੇ ਤੋਂ ਸਬਕ ਸਿੱਖ ਕੇ ਕਿਵੇਂ ਦੁਨੀਆਂ 'ਚ ਤੁਰਨਾ। ਮੈਨੂੰ ਯਾਦ ਹੈ ਕਿ ਜਿਹੜਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਪਹਿਲਾ ਕੰਪਿਊਟਰ ਆਇਆ ਸੀ, ਦੈਟ ਕੇਮ ਅਰਾਊਂਡ ਅਬਾਊਟ 2000 ਦੇ ਵਿੱਚ ਆਇਆ ਸੀਗਾ, ਉਹ ਵੀ ਇਨਮੇਟਸ ਨੇ ਲੈ ਕੇ ਉਹ ਕੰਪਿਊਟਰ ਲਿਆਂਦਾ ਸੀ। ਪਟਿਆਲਾ ਜੇਲ੍ਹ ਦੇ ਵਿੱਚ ਉਹ ਕੰਪਿਊਟਰ ਆਇਆ, ਦੀ ਦੈਨ ਡਿਪਟੀ ਸੁਪਰਡੈਂਟ ਕੈਪਟਨ ਐਸ ਪੀ ਸਿੰਘ ਸੀਗੇ, ਉਹਨਾਂ ਨੇ ਦੂਰਅੰਦੇਸ਼ੀ ਦਿਖਾਈ, ਇੱਕ ਕੰਪਿਊਟਰ ਕੈਦੀਆਂ ਦਾ ਉਪਰਾਲਾ, ਆਪਣਾ ਨਿੱਜੀ ਉਪਰਾਲਾ ਇਸ ਮੁਕਾਮ 'ਤੇ ਪਹੁੰਚਾ ਕੇ ਮੈਨੂੰ ਪਤਾ ਲੱਗਿਆ ਅੱਜ ਉੱਥੇ 20 ਕੰਪਿਊਟਰਸ ਦੀਆਂ ਜਿਹੜੀ ਕਲਾਸ ਲੱਗਦੀ ਹੈ ਇਹ ਅੱਜ ਲੱਗਦੀ ਹੈ। ਤਿੰਨ ਚਾਰ ਤਰ੍ਹਾਂ ਦੇ ਇਨਮੇਟਸ ਨੇ ਜੀ ਉੱਥੇ, ਇੱਕ ਨੇ ਜਿਹਨਾਂ ਜਿਹੜੇ ਕਿ ਐਜੂਕੇਸ਼ਨ ਵਾਲੇ ਪਾਸੇ ਨੂੰ ਜਾਣਾ ਚਾਹੁੰਦੇ ਨੇ, ਦੇ ਸਪੈਂਡ ਦੇ ਟਾਈਮ ਚਾਹੇ ਗੁਰਦੁਆਰੇ ਮੰਦਰ ਦੇ ਵਿੱਚ ਸਪੈਂਡ ਕਰਨ, ਚਾਹੇ ਉਹ ਐਜੂਕੇਸ਼ਨ ਵਾਲੇ ਪਾਸੇ ਆਉਣ। ਹੁਣ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵੀ ਸ਼ੁਰੂ ਕਰਵਾਈ ਗਈ ਇਨਮੇਟਸ ਦੇ ਦੁਆਰਾ, ਪਟਿਆਲੇ ਦੇ ਵਿੱਚ ਕਾਮਯਾਬ ਚੱਲ ਰਹੀ ਹੈ, ਉੱਥੇ ਐਜੂਕੇਸ਼ਨ ਥੋੜ੍ਹੀ ਮਿਲ ਰਹੀ ਹੈ, ਐਂਡ ਸੋ ਦੇਅਰ ਮਾਇੰਡ ਇਜ਼ ਓਕੂਪਾਈਡ ਬਾਏ ਦੀ ਐਜੂਕੇਸ਼ਨ ਐਸਪੈਕਟ। ਦੂਸਰੇ ਉਹ ਨੇ ਜੀ ਜਿਹੜੇ ਯਾਰਾਂ ਦੋਸਤਾਂ ਦੇ ਨਾਲ ਬਹਿ ਕੇ ਆਪਣਾ ਵਕਤ ਗੁਜ਼ਾਰ ਰਹੇ ਨੇ ਕਿ ਵਕਤ ਪੂਰਾ ਹੋਵੇ ਇਸ ਬਾਹਰ ਜਾਈਏ। ਤੀਸਰੇ ਉਹ ਨੇ ਜਿਹੜੇ ਅੰਡਰ ਬਿਕੋਜ਼ ਦੇਅਰ ਮਾਇੰਡਸ ਆਰ ਨੋਟ ਓਕੂਪਾਈਡ ਬਾਏ ਦ ਫਸਟ ਟੂ, ਸੋ ਦੇ ਨੈਚੁਰਲੀ ਫੋਰ ਟੁਵਰਡਸ ਦ ਥਰਡ ਵਿਚ ਇਜ਼ ਦ ਹਾਰਡੈਸਟ ਆਫ ਆਲ, ਡਰੱਗਸ ਵਾਲੇ ਪਾਸੇ ਆਉਂਦੇ ਨੇ, ਡਰੱਗਸ ਸ਼ਰਮ ਚੱਲਦੇ ਨੇ। ਇਹ ਮੈਂ ਇਲਜ਼ਾਮ ਨਹੀਂ ਲਾ ਰਿਹਾ, ਇਹ ਮੀਡੀਆ 'ਚ ਪਹਿਲਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਆ ਚੁੱਕੀਆਂ ਨੇ। ਜਿਹੜੀ ਦੇਖਣ ਵਾਲੀ ਗੱਲ ਆਈ ਹੈ ਕਿ ਬਜ਼ੁਰਗ ਕਹਿੰਦੇ ਹੁੰਦੇ ਸੀ, ਬਜ਼ੁਰਗ ਪਹਿਲਾਂ ਆਪਣੇ ਬੱਚੇ ਨੂੰ ਗਲਤੀ 'ਤੇ ਕੁੱਟਮਾਰ ਨਹੀਂ ਸੀ ਕਰਦੇ ਹੁੰਦੇ, ਉਹਨਾਂ ਨੇ ਅੱਖਾਂ ਪਹਿਲਾਂ ਕੱਢਣੀਆਂ, ਡਰਾਵਾ ਦੇਣਾ, ਕਿਉਂਕਿ ਰਿਲਾਈਜ਼ ਕਰਦੇ ਸੀ ਕਿ ਜਿਸ ਦਿਨ ਇੱਕ ਚਪੇੜ ਪੈ ਗਈ ਤਾਂ ਬੱਚੇ ਨੇ ਚਪੇੜ ਦੇ ਦਰਦ ਨੂੰ ਸਮਝ ਲਿਆ ਤਾਂ ਜਿਹੜਾ ਡਰ ਹੈ ਉਹਦਾ ਦੂਰ ਹੋ ਜਾਣਾ। ਔਰ ਇਹ ਗੱਲ ਦੇਖਣ ਨੂੰ ਆਈ ਹੈ ਕਿ ਜਦੋਂ ਵੀ ਕੋਈ ਬੰਦਾ ਕਿਸੇ ਕਾਰਨ ਕਰਕੇ ਜੇਲ੍ਹ 'ਚ ਪਹੁੰਚਦਾ ਤਾਂ ਪਹਿਲੇ ਦਿਨਾਂ ਦੇ ਵਿੱਚ ਬਹੁਤ ਸਹਿਮਿਆ ਹੁੰਦਾ, ਜਿਉਂ ਜਿਉਂ ਵਕਤ ਜਾਂਦਾ ਉਹ ਆਪਣੇ ਆਪ ਨੂੰ ਬਹੁਤ ਉੱਚਾ ਮਹਿਸੂਸ ਕਰਨ ਲੱਗ ਪੈਂਦਾ ਕਿ ਮੈਂ ਸੁਸਾਇਟੀ ਦੇ ਵਿੱਚ ਪਤਾ ਨਹੀਂ ਕਿੱਡਾ ਕੁ ਵੱਡਾ ਬਦਮਾਸ਼ ਬਣ ਕੇ ਆ ਗਿਆ। ਦੈਟ ਟਾਈਮ ਫਰੋਮ ਬੀਇੰਗ ਅ ਸਕੇਅਰਡ ਪਰਸਨ, ਇਨੀਸ਼ੀਅਲ ਐਂਟਰੀ ਜਿੱਥੋਂ ਹੁੰਦੀ ਹੈ ਉਸ ਮੁਕਾਮ 'ਤੇ ਟਾਈਮ ਬਹੁਤ ਛੋਟਾ, ਅਗਰ ਉੱਥੇ ਤੁਸੀਂ ਉਸ ਚੀਜ਼ ਨੂੰ ਉਸ ਇਨਸਾਨ ਨੂੰ ਇੱਕ ਸੇਧ ਦੇਣ ਦੇ ਵਿੱਚ ਨਾਕਾਮ ਰਹਿੰਦੇ ਹੋ ਤਾਂ ਓਬਵੀਅਸਲੀ ਹੈ ਕਿ ਜੋ ਪੰਜਾਬ ਦੇ ਵਿੱਚ ਹੁੰਦਾ ਇਨਮੇਟਸ ਅੰਦਰ ਜਾ ਕੇ ਹਾਰਡ ਕੋਰ ਕ੍ਰਿਮੀਨਲ ਬਣ ਕੇ ਬਾਹਰ ਨਿਕਲਣਗੇ ਸੁਧਾਰ ਕਰ ਜਿਹੜਾ ਜੇਲ੍ਹ ਦਾ ਨਾਂ ਆ ਉਹਨੇ ਸਾਡਾ ਇਸ ਚੀਜ਼ ਦਾ ਕੁਛ ਨਹੀਂ ਪਾਉਣਾ। ਨਿੱਜੀ ਐਕਸਪੀਰੀਅੰਸ ਵੀ ਨੇ ਲੇਕਿਨ ਅੱਜ ਮੈਂ ਸ਼ੇਅਰ ਨਹੀਂ ਕਰਾਂਗਾ। ਆਈ ਹੈਵ ਪ੍ਰੋਮਿਸਡ ਮਾਈਸੈਲਫ ਕਿ ਕਿਸੇ ਦਿਨ ਸੀਰੀਜ਼ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਜ਼ਿੰਦਗੀ ਦੇ ਉਹ ਪਹਿਲੂ ਸੱਚ ਜਿਹੜੇ ਅੱਖੀ ਡਿੱਠੇ ਨੇ ਔਰ ਆਪਣੇ ਤਣ 'ਤੇ ਖੜਾਏ ਨੇ। ਕੋਈ ਮੈਨੂੰ ਸ਼ਰਮ ਨਹੀਂ, ਐਜ਼ ਦੇ ਸੇ ਐਵਰੀ ਸੇਂਟ ਹੈਜ਼ ਅ ਪਾਸਟ ਐਂਡ ਅ ਸਿਨਰ ਹੈਜ਼ ਅ ਫਿਊਚਰ। ਸੋ ਇਹ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ, ਇਸੇ ਤਰ੍ਹਾਂ ਜ਼ਿੰਦਗੀ ਦੇ ਪਹਿਲੂ ਨੂੰ ਆਪਾਂ ਡਿਸਕਸ ਕਰਦੇ ਰਹਿਣਾ। ਫਿਰ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਜੀ 216-8008-0068 'ਤੇ ਤੁਸੀਂ ਜੁੜ ਸਕਦੇ ਹੋ। ਔਰ ਲਾਈਵ ਇਹ ਪ੍ਰੋਗਰਾਮ ਆਪਣਾ ਹਰ ਸੈਟਰਡੇ ਅਰਾਊਂਡ 5 ਵਿਲ ਬੀ ਔਨ, ਔਰ ਮੇਰੇ ਪ੍ਰੋਗਰਾਮ ਤੋਂ ਬਾਅਦ ਜਿਹੜਾ ਪ੍ਰੋਗਰਾਮ ਅਗਲਾ ਮਾਈ ਟੀ ਵੀ ਦਾ ਦੈਟ ਇਜ਼ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ, ਬਹੁਤ ਵਧੀਆ ਪ੍ਰੋਗਰਾਮ ਕੁਲਦੀਪ ਹਰਮੋਨੀ ਕਰਦੇ ਨੇ, ਉਹਦੇ ਨਾਲ ਵੀ ਤੁਸੀਂ ਜੁੜੇ ਰਹਿਣਾ। ਸੋ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ, ਔਰ ਇਸ ਆਪਣੀ ਡਿਸਕਸ਼ਨ ਨੂੰ ਇਸ ਵਿਸ਼ੇ ਨੂੰ ਅੱਗੇ ਕੈਰੀ ਔਨ ਕਰਦੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਡੀ ਸੀ ਨੈਟ ਵਿਦ ਪੌਲ ਬਾਠ, ਔਰ ਮੈਂ ਤੁਹਾਡਾ ਪੌਲ ਬਾਠ। ਵਿਸ਼ਾ ਪੰਜਾਬ ਦੀ ਜਵਾਨੀ 'ਤੇ, ਔਰ ਜੋ ਇਨਕਾਊਂਟਰ ਹੋਇਆ ਵਿੱਕੀ ਗਾਉਂਡਰ ਅਤੇ ਪ੍ਰੇਮਾ ਲਾਹੌਰੀਆ ਦਾ, ਉਸ ਚੀਜ਼ ਨੂੰ ਮੁੱਖ ਰੱਖ ਕੇ ਮੈਂ ਇਹ ਵਿਸ਼ਾ ਤੁਹਾਡੇ ਸਾਹਮਣੇ ਅੱਜ ਛੋਟੇ ਜਿਹਾ ਬੜੇ ਸੰਖੇਪ ਰੂਪ ਦੇ ਵਿੱਚ ਤੁਹਾਡੇ ਨਾਲ ਇਹ ਸਾਂਝਾ ਕੀਤਾ ਕਿ ਜਵਾਨੀ ਸਾਡੀ ਕਿੱਥੋਂ ਆ ਕੇ ਕਿੱਥੇ ਖੜੀ ਹੈ। ਔਰ ਬੜੇ ਖਤਰੇ ਦੀ ਗੱਲ ਹੈ ਕਿ ਅਗਰ ਜਿਹੜੀਆਂ ਕੌਮਾਂ ਆਪਣੇ ਯੂਥ ਨੂੰ, ਆਪਣੀ ਜਵਾਨੀ ਨੂੰ ਸਹੀ ਦਿਸ਼ਾ ਨਹੀਂ ਦੇ ਸਕਦੀਆਂ, ਉਹਨਾਂ ਦੇ ਨਤੀਜੇ ਬਹੁਤ ਹੀ ਭਿਆਨਕਰ ਸੁਸਾਇਟੀ ਦੇ ਅੱਗੇ, ਕਮਿਊਨਿਟੀ ਦੇ ਅੱਗੇ ਸਾਹਮਣੇ ਆਉਂਦੇ ਨੇ। ਸੋ ਸਾਡਾ ਫਰਜ਼ ਬਣਦਾ, ਸਾਡੀ ਸਰਕਾਰ ਦਾ ਫਰਜ਼ ਬਣਦਾ, ਔਰ ਮੈਂ ਅਪੀਲ ਕਰਨਾ ਚਾਹੁੰਦਾ ਆਪਣੇ ਸੀ ਐੱਮ ਸਾਹਿਬ ਨੂੰ, ਜਿਹਨਾਂ ਲਈ ਮੇਰੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਰਿਸਪੈਕਟ, ਆਈ ਰਿਸਪੈਕਟ ਹਿਮ। ਮੈਂ ਜਦੋਂ ਵੀ ਮਿਲਿਆ ਮੈਂ ਬਹੁਤ ਇੰਪ੍ਰੈਸ ਹੋਇਆ ਉਹਨਾਂ ਦੀ ਸੋਚ ਤੋਂ, ਦੂਰਅੰਦੇਸ਼ੀ ਤੋਂ। ਐਂਡ ਸਰ
my humble request to you, being the CM of Punjab, is sir, ke the youth, jede saade bache ne, and I'm sure you will agree with me, that if I may use the words, that they need compassion, not suppression. Encounters, ek do encounters, a jada sada sandesh pachaun de vich kamjab ho sakda hai. Ke this is where your life is going to end if you don't change your life. Ke agar zindagi da eh raah tusi nahi chhadde to tusi itthe aa sakde ho, par ki asi hare apne jawani de har gabru nu is mode te ja ke khatam karna hai? I don't think that is right or correct, if I may say so. So meri beenti hai thonu CM saab ya CM saab da jo bhi nazdeeki member meri is beenti nu sunda, I hope you pass it on to him. Jadon meri gal baat hoyi si unhone mere is vichara nu ke Punjabis deserve a second chance, is cheez nu bahut hi hungara ditta si. Main udon bhi unna dhanwad kita si, main hun bhi dhanwad karna chahunda ke agar is youth nu jivein ke election de samay tusi kiha si employment diti jayegi, if you can, and I'm sure you're working on it, but please, if you can speed the process, get their mind occupied by such things, and I think Punjab jehda bulandiyan nu chhunda hai us disha de vich mud sakda hai, aur assi ek wari fir apni jehdi qaum international level te jene apni image nu bahut bada hungara ditta hoya, Punjab di tarti to bhi ek thandiyan hawaawan saade vallon aa sakdiyan. Being a well-wisher of Punjab, assi bahar baithe hi umeed karde hain ke har maa pyo, har saada jawan bachcha, tee bhain jehdi hai dur andeshi dikhaundiyan hoya jawani de har kadam nu bada soch samajh ke chalege. Mainu yaad hai ji 8th di gall hai ke main PPS Nabhe to jadon wapas aaya, mere father saahib ne ek badi sohni mainu gall aaki, kehinde beta har maa pyo da ek supna hunda hai ke agar ohda bachcha koi changa salaga jog kam karke ਵਧੀਆ ਸੁਨੇਹਾ ਸਾਡੇ ਘਰ ਨਹੀਂ ਪਹੁੰਚਾ ਸਕਦਾ ਤਾਂ ਕੋਸ਼ਿਸ਼ ਕਰਿਓ ਕਿ ਇੱਕ ਮਾੜਾ ਸੰਦੇਸ਼ ਵੀ ਨਾ ਸਾਡੇ ਤੱਕ ਪਹੁੰਚ ਸਕੇ. ਉਹਨਾਂ ਦੀ ਮੁਰਾਦ ਜਵਾਨੀ ਵਿੱਚ ਉੱਠਦੇ ਕਦਮ ਤੱਕ ਸੀ, ਔਰ ਮੈਨੂੰ ਫਖਰ ਹੈ ਕਿ ਮੈਂ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਿਆ, ਹਰ ਬੱਚੇ ਨੂੰ ਪਿਆਰ ਮੁਹੱਬਤ ਸਤਿਕਾਰ ਦਿੱਤਾ ਔਰ ਦਿੰਦਾ ਅੱਜ ਤੱਕ ਦਿੰਦਾ ਆ ਰਿਹਾ, ਔਰ ਇਹ ਉਮੀਦ ਕਰਦਾ ਇਹੀ ਸਾਨੂੰ ਸਿਖਾਇਆ ਗਿਆ ਜੀ. ਸੋ ਇੰਨਾ ਹੀ ਪ੍ਰੋਗਰਾਮ, ਅਦਰਵਾਈਜ਼ ਆਈ ਫੀਲ ਲਾਈਕ ਇਟ ਵਿਲ ਬਿਕਮ ਅ ਲੈਕਚਰ ਇਨ ਵਿਚ ਆਈ ਡੋਂਟ ਬਲੀਵ ਇਨ. ਤੁਸੀਂ ਬਹੁਤ ਸਿਆਣੇ ਹੋ, ਬੜੀ ਉੱਚੀ ਸੋਚ ਦੇ ਮਾਲਕ ਹੋ. ਇੱਕ ਮਨ 'ਚ ਵਿਚਾਰ ਸੀ, ਇੱਕ ਦਰਦ ਸੀ, ਤਕਲੀਫ ਤੁਹਾਡੇ ਨਾਲ ਸਾਂਝੀ ਕੀਤੀ ਹੈ. ਸੋ ਅਗਲੇ ਸ਼ਨੀਵਾਰ ਮਿਲਾਂਗੇ ਜੀ, ਗੈਸਟ ਲੈ ਕੇ ਆਵਾਂਗਾ, ਔਰ ਐਵਰੀ ਸੈਟਰਡੇ ਪ੍ਰੋਮਿਸ ਟੂ ਬੀ ਵਿਦ ਯੂ ਲਾਈਵ ਐਟ 5 o'clock. ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਹੱਸਦੇ ਰਹੋ, ਵੱਸਦੇ ਰਹੋ. ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ.